ਹੈਲੋ ਸਟੂਡੈਂਟਸ, ਕੁਐਸਚਨ ਨੰਬਰ 6 ਕਰਾਂਗੇ ਜੀ। ਤਾਂ ਕੁਐਸਚਨ ਨੰਬਰ 6 ਦਾ ਇੱਕ ਪਾਰਟ ਆਪਾਂ ਕਰ ਚੁੱਕੇ ਹਾਂ, ਤਾਂ ਬਚੇ ਹੋਏ ਪਾਰਟ ਆਪਾਂ ਜਿਹੜੇ ਹੈਗੇ ਨੇ ਉਹ ਕਰਨੇ ਨੇ। ਸੋ ਲਓ ਜੀ ਸਟਾਰਟ ਕਰੀਏ। 108, ਤਾਂ 108 ਪਕੜ ਲਿਆ ਆਪਾਂ, ਹੁਣ ਭਾਗ ਕਰਾਂਗੇ ਆ ਉਹ ਕਿਹੜੀ ਛੋਟੀ ਵੰਡਣ ਨਾਲ। ਦੋ ਤੇ ਕਰੋਗੇ ਤਾਂ 54 ਆ ਜਾਏਗਾ, ਹਾਫ ਹਾਫ ਕਰੀ ਚਲੋ 27 ਆ ਜਾਏਗਾ, 9 ਆ ਜਾਏਗਾ, 3 ਆ ਜਾਏਗਾ। ਸੋ 108 ਦੇ ਜਿਹੜੇ ਟੁਕੜੇ ਆ ਵੰਡਣ ਨਾਲ ਪੂਰਾ ਬਣ ਜਾਣ ਜਾਵੇ। ਕਹਿੰਦਾ ਪ੍ਰਾਪਤ ਸੰਖਿਆ ਦਾ ਵਰਗਮੂਲ ਵੀ ਪਤਾ ਕਰੋ, ਇੱਥੇ ਥੋੜਾ ਜਿਹਾ ਕੰਮ ਵੱਧ ਜਾਂਦਾ। 108 ਦੇ ਟੁਕੜੇ ਬਣੇ, 2 × 2 3 × 3 × 3, ਆਹ ਪੂਰਾ ਆਹ ਪੂਰਾ, ਆਹ ਫਾਲਤੂ ਆ, ਇਹ ਵਾਲੀ ਚੀਜ਼ ਫਾਲਤੂ ਆ ਗਈ। ਸੋ 3 ਨਾਲ ਭਾਗ ਕਰਾਂਗੇ, 3 ਨਾਲ ਭਾਗ ਕਰਾਂਗੇ, ਤਾਂ 108 ਹੈ, ਇਧਰੋਂ 3 ਨਾਲ ਭਾਗ ਕਰ ਦੇਣਾ, ਉਧਰੋਂ 2 × 2 × ਉਹ 3, ਇਧਰੋਂ ਇਹ ਕੱਟਿਆ ਜਾਣਾ, ਉੱਪਰ ਇਹਦੇ ਵੀ ਰੂਟ ਪਾ ਦਿਓ ਤੇ ਇਹਦੇ ਵੀ ਰੂਟ ਪਾ ਦਿਓ। 108 ਨੂੰ 3 ਨਾਲ ਭਾਗ ਕਰੋਗੇ 36, ਉਧਰੋਂ 2 ਚੋਂ ਇੱਕ ਵਾਰ ਕੱਢਿਆ ਤਾਂ 6। ਤਾਂ ਇਹ ਸਾਡਾ ਪਹਿਲਾ ਕੁਐਸਚਨ ਬਣ ਗਿਆ, ਠੀਕ ਹੈ। ਦੂਜਾ ਕੁਐਸਚਨ ਤੁਹਾਨੂੰ ਯਾਦ ਹੋਵੇ ਉਹ ਪਹਿਲਾਂ ਹੀ ਬਣ ਚੁੱਕਾ ਸੀ। ਹੁਣ ਵਾਰੀ ਆ ਗਈ 2400 ਦੀ। 2400 ਤਾਂ ਸਿੱਧਾ ਹੀ ਦੇਖੀਏ, ਅਗਰ ਆਪਾਂ 8 × 3 × 10 × 10 ਸਿੱਧਾ ਹੀ ਹਿਸਾਬ ਚਲਾਈਏ, ਠੀਕ ਹੈ। 8 ਨੂੰ ਵੀ ਆਪਾਂ 8 × 24 = 2400, ਤਾਂ 8 ਨੂੰ ਆਪਾਂ 2 × 2 × 2 × 3 × 10 × 10 ਲਿਖ ਲਿਆ। 10 ਨੂੰ ਮੈਂ ਜਾਣ ਕੇ ਨਹੀਂ ਸਪਲਿਟ ਕੀਤਾ, ਲੋੜ ਹੀ ਨਹੀਂ ਪੈਣੀ। ਸੋ ਆਹ 2 ਪੂਰਾ ਹੈ, ਆਹ 10 ਪੂਰਾ ਹੈ। ਸੋ 2 × 2 × 3 6 ਨਾਲ ਭਾਗ ਕਰਾਂਗੇ। ਸੋ 6 ਨਾਲ ਭਾਗ ਕਰਨੀ ਹੈ, ਤਾਂ 2400 ਹੈ, ਇਹ 6 ਨਾਲ ਭਾਗ ਕਰ ਦੇਣੀ ਹੈ। ਸੋ ਇੱਧਰੋਂ ਵੀ 6 ਨਾਲ ਕਰੋਗੇ, 2 × 2 × 2 × 3 × 10 × 10, ਤੇ ਇੱਥੇ 2 × 3 = 6, ਇੰਨਾ ਕੱਟਿਆ ਜਾਊਗਾ। ਉੱਪਰ ਇਹਦੇ ਵੀ ਵਰਗਮੂਲ ਪਾ ਦਿਓ, ਇਹਦੇ ਵੀ 2400 ਨੂੰ 6 ਨਾਲ ਕਰੋਗੇ ਤਾਂ 400 ਆ ਜਾਏਗਾ, ਇਧਰੋਂ 2 ਨਿਕਲ ਜਾਏਗਾ ਤਾਂ 10, ਇਹਦਾ ਮਤਲਬ 20 ਤੁਹਾਡਾ ਵਰਗਮੂਲ ਆ ਗਿਆ। ਸੋ ਈਜ਼ੀ ਹੈ ਜੀ, ਕੋਈ ਡਲੰਬਾ ਚੌੜਾ ਚੱਕਰ ਹੈ ਨਹੀਂ ਗਾ ਤੁਹਾਡੇ ਕੋਲ। ਸੋ 2400 ਤਾਂ ਜ਼ਿਆਦਾ ਔਖਾ ਕੰਮ ਹੈ ਨਹੀਂ ਸੀਗਾ। ਹੁਣ ਆ ਜਾਓ 5103, ਠੀਕ ਹੈ। ਸੋ ਇਸ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਆਪਾਂ ਧਿਆਨ ਨਾਲ ਦੇਖਾਂਗੇ ਤੁਹਾਡੇ ਕੋਲ, ਕਿਉਂ ਕਿਉਂਕਿ ਥੋੜ੍ਹਾ ਜਿਹਾ ਸੈਟਿੰਗ ਕਰਨੀ ਪੈ ਜਾਂਦੀ ਹੈ ਵੀ ਕਿਹੜੇ ਤੇ ਪਹਾੜੇ ਤੇ ਹੈ, 2 ਤੇ 3 ਨੇ ਜਾਣਾ ਨਹੀਂ ਗਾ। ਸੋ ਆਪਾਂ ਕਲਰ ਚੇਂਜ ਕਰੀਏ, ਕਾਲਾ ਕਲਰ ਲਿਖਦੇ ਪੂਰੇ ਕਲਿੱਕ। ਲਓ ਜੀ ਆਪਾਂ 5103 ਪਕੜ, 2 ਤੇ 3 ਨੇ ਜਾਣਾ ਨਹੀਂ ਪਰ ਇਹ 3 ਤੇ ਜਾ ਰਿਹਾ, ਪਤਾ ਕਿਵੇਂ ਲੱਗਿਆ ਜੀ 3 ਤੇ ਜਾ ਰਿਹਾ ਹੈਗਾ। ਪੂਰੇ ਧਿਆਨ ਨਾਲ ਦੇਖੋ ਜ਼ਰਾ, ਅਗਰ ਤੁਸੀਂ ਦੇਖੋਗੇ 5 ਤੇ 1 6 ਤੇ 3 9, 3 9 ਪਹਾੜੇ ਤੇ ਜਾਂਦਾ ਹੀ ਜਾਂਦਾ। ਸੋ ਲਓ ਜੀ ਅੱਗੇ ਕੀ ਆਊਗਾ, ਤਾਂ ਇਹਦਾ ਆ ਗਿਆ 1701, ਤਾਂ 1701 ਹੋ ਗਿਆ, 7 1 8 1 9, ਇਹਨੇ 3 ਤੇ ਫੇਰ ਜਾਣਾ। ਜੋ 3 ਤੇ ਫੇਰ ਜਾਊਗਾ, 3 5 15, 2 1 3 6 18, 2 1 3 7 21, ਤਾਂ ਆਹ ਵਾਲੀ ਚੀਜ਼ ਹੋ ਗਈ, ਫੇਰ ਇਹ 3 ਤੇ ਜਾਊਗਾ, ਠੀਕ ਹੈ। 3 ਤੇ ਜਦੋਂ ਜਾਊਗਾ ਤੁਹਾਡੇ ਕੋਲ, ਠੀਕ ਹੈ, 18 3 54 2 7 3 9 27, ਹਾਲੇ ਵੀ 3 ਤੇ ਜਾਊ, ਪਤਾ ਕਿਵੇਂ ਲੱਗਦਾ, ਅੱਖਰ ਜੋੜੀ ਚੱਲੋ ਨਾ, 3 6 18 ਤੇ 3 3 9, 63 ਆ ਗਿਆ, ਠੀਕ ਹੈ। 63 ਨੂੰ 3 ਤੇ ਕਰੋਗੇ ਤਾਂ 21 63 ਹੋਏਗਾ, 21 ਨੂੰ 3 ਕਰੋਗੇ 7 ਆਏਗਾ,
ਠੀਕ ਹੈ, ਤੇ ਇਹਦਾ ਮਤਲਬ ਹੈ 5103, ਇਹਦੇ ਜਿਹੜੇ ਫੈਕਟਰ ਹੈ, ਤੀਆ 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 ਤਾਂ ਪੂਰੇ ਨੇ, 3 × 3 × 3, ਤੀਏ ਕਿੰਨੇ ਨੇ ਜੀ 6 ਨੇ, ਗੁਣਾ 3 × 3 × 7, ਤੋ ਇਹਨੂੰ ਆਪਾਂ 7 ਨਾਲ ਡਿਵਾਈਡ ਕਰਾਂਗੇ ਕਿਉਂਕਿ ਇਹ ਫਾਲਤੂ ਹੈ, 7 ਨਾਲ ਭਾਗ ਕਰਾਂਗੇ, 7 ਨਾਲ ਭਾਗ ਕਰਾਂਗੇ, ਤੋ ਜਦੋਂ 7 ਨਾਲ ਭਾਗ ਕਰੋਗੇ ਤਾਂ ਆਂਸਰ ਕੀ ਆਏਗਾ, ਤਾਂ ਤੁਸੀਂ 5103 ਨੂੰ 7 ਨਾਲ ਭਾਗ ਕਰ ਦੇਣੀ ਹੈ, ਵਰਗਮੂਲ ਪਾ ਦੇਣਾ, ਉੱਥੇ ਕੀ ਕਰੋਗੇ, 3 × 3 × 3 × 3 × 3 × 3, ਠੀਕ ਹੈ, ਗੁਣਾ 7 ਭਾਗ 7, ਇਹ ਕੈਂਸਲ ਹੋ ਜਾਊ, ਸਾਰਾ ਵਰਗਮੂਲ ਚ ਹੀ ਹੈ, ਠੀਕ ਹੈ, ਆ 3 ਹੈ, 3 ਹੈ, 3 ਹੈ, 3 ਹੈ, ਇੱਥੇ ਵੀ 3 ਹੈ, ਇੱਥੇ ਵੀ 3 ਹੈ, ਗੁਣਾ 7 ਹੈ, ਤਾਂ ਹੇਠਲੇ 7 ਨਾਲ ਕੈਂਸਲ ਹੋ ਜਾਊਗਾ, ਸੋ ਮੈਂ ਸਾਫ਼ ਸਾਫ਼ ਲਿਖਦਾ ਜੀ, ਇੱਕ ਮਿੰਟ, ਸੋ ਜਗ੍ਹਾ ਦੀ ਕਮੀ ਕਰਕੇ ਕਈ ਵਾਰ ਗੜਬੜ ਹੋ ਜਾਂਦੀ ਹੈ, ਪਰ ਫਿਰ ਬਾਅਦ ਸਮਝ ਨਹੀਂ ਆਉਂਦਾ ਹੈਗਾ, ਤਾਂ ਮੈਂ ਲਿਖ ਦਿੰਦਾ ਜੀ, ਤੋ ਇਹਨੂੰ 7 ਨਾਲ ਭਾਗ ਕਰਾਂਗੇ, ਆ ਤਾਂ 5103 ਸੀਗਾ, ਹੁਣ 7 ਨਾਲ ਭਾਗ ਵਟੇ 7 ਲਿਖਤਾ, ਦੂਸਰਾ ਵਟੇ 7 ਕਿੱਥੇ ਲਿਖਣਾ, ਆ ਵੈਲਿਊਜ਼ ਹੈ, 3 × 3 ਹੈਗਾ ਸੀ, ਹੈਗਾ ਸੀ 3 × 3 × 3, ਇੱਥੇ ਗੁਣਾ 7 ਵੀ ਹੈਗਾ, 1 2 3, ਨੀਚੇ 7 ਨਾਲ ਭਾਗ, ਇਹਦਾ ਕੈਂਸਲ ਹੀ ਹੋ ਗਈ, ਤੋ 51 ਜਿਹੜਾ ਹੈਗਾ ਤੁਹਾਡੇ ਕੋਲ, 5103 ਨੂੰ 7 ਨਾਲ ਭਾਗ ਕਰਨੀ ਹੈ, ਤੋ ਇਹ 729 ਆ ਜਾਏਗਾ, ਇੱਥੇ ਰੂਟ ਪੈ ਜਾਏਗਾ, ਇਧਰੋਂ 6 3 ਸੀ, ਬਾਹਰ ਕਿੰਨੇ ਨਿਕਲਿਆ, 3 3 3, ਔਰ 3 3 9 3 27, ਸੋ ਸਾਡਾ 27 ਆਂਸਰ ਆ ਗਿਆ, ਠੀਕ ਹੈ, ਤੋ ਇਹ ਵਾਲੀ ਚੀਜ਼ ਵੀ ਸਾਡੀ ਹੋ ਗਈ, ਹੁਣ ਆ ਗਿਆ ਤੁਹਾਡੇ ਕੋਲ 2205, ਠੀਕ ਹੈ, ਸੋ ਆਪਾਂ 2205 ਪਕੜ ਲਿਆ, ਡੈਫੀਨੇਟਲੀ 5 ਤੇ ਪਹਿਲਾਂ ਕਰ ਦਾਂਗੇ, ਕਿਉਂ 5 ਤੇ ਪਹਿਲਾਂ ਕਰ ਦਾਂਗੇ ਜੀ, ਆਪਾਂ ਨੂੰ ਦਿਖ ਰਿਹਾ ਕਿ 5 ਤੇ ਕੱਟੀ ਜਾਵੇਗੀ ਤੁਹਾਡੇ ਕੋਲ, ਠੀਕ ਹੈ, ਪਹਿਲਾਂ 5 ਤੇ ਹੋਈ ਕੋਈ ਚੱਕਰ ਨਹੀਂ ਹੈ, ਤਾਂ ਇੱਥੇ ਪਹਿਲਾਂ 5 ਤੇ ਕਰੋਗੇ, ਤੁਸੀਂ ਦੇਖੋ 5 ਤੇ 2 7 ਤੇ 2 9 3 ਤੇ ਵੀ ਜਾਣਾ, ਤਾਂ ਤੁਸੀਂ 3 ਤੇ ਵੀ ਕਰ ਸਕਦੇ ਹੋ, ਐਡੀ ਕੋਈ ਲੰਬੀ ਚੌੜੀ ਚੱਕਰ ਹੈ ਨਹੀਂਗਾ, ਸੋ ਜਦੋਂ ਤੁਸੀਂ 3 ਤੇ ਕਰਦੇ ਹੋ ਤਾਂ 3 7 21 1 0 3 3 9 1 5 3 5 5, ਸੋ 735 ਆ ਜਾਏਗਾ ਜੀ, ਹੁਣ 735 ਆ ਗਿਆ, ਫਿਰ ਵੀ ਇਹਨੇ 3 ਤੇ ਜਾਣਾ ਹੈਗਾ, ਹਾਂ 7 5 12 3 15, ਪੱਕਾ ਜਾਊ 3 ਤੇ, 3 2 6 1 3 4 12 1 5 3 5 15, ਠੀਕ ਹੈ, ਹੁਣ ਜਿਹੜਾ ਆਇਆ 245 ਨੇ 5 ਤੇ ਹੀ ਜਾਣਾ, ਤੋ 5 4 20 ਆ ਜਾਊਗਾ, 4 5 ਨਾ ਆਇਆ 45 ਆ ਜਾਊਗਾ, ਠੀਕ ਹੈ, ਉਸ ਤੋਂ ਬਾਅਦ ਇੱਥੇ 7 ਆ ਜਾਏਗਾ, ਇੱਥੇ 7 ਆ ਜਾਏਗਾ, ਇੱਥੇ 7 ਆ ਜਾਏਗਾ, ਇੱਥੇ 1 ਆ ਜਾਏਗਾ, ਠੀਕ ਹੈ ਜੀ, ਤਾਂ ਹੁਣ ਜਿਹੜਾ ਤੁਹਾਡਾ ਬਣ ਗਿਆ, ਸੋ ਤੁਹਾਡਾ 2205 ਹੈ, ਇਹ ਬਰਾਬਰ ਬਣਿਆ 3 × 3 × 5 × 7, ਆ ਪੂਰਾ ਆ ਪੂਰਾ 5 ਫਾਲਤੂ ਹੈ, ਸੋ 5 ਨਾਲ ਭਾਗ ਕਰਾਂਗੇ, 5 ਨਾਲ ਭਾਗ ਕਰਾਂਗੇ, ਤੋ 2205 ਨੂੰ 5 ਨਾਲ ਭਾਗ ਕਰਤੀ, ਉਧਰੋਂ ਪੇਅਰ ਬਣਿਆ ਹੀ ਹੋਇਆ ਸੀ, ਇੱਥੇ 5 ਨਾਲ ਭਾਗ ਕਰਤੀ, ਉੱਤੇ ਇਹਦੇ ਵੀ ਰੂਟ ਪਾਤਾ, ਉੱਤੇ ਇਹਦੇ ਵੀ, ਸੋ 2205 ਨਾਲ ਕਰੋਗੇ ਤਾਂ 441 ਆ ਜਾਏਗਾ, ਔਰ 441 ਦਾ ਰੂਟ 5 ਨਾਲ 5 ਕੈਂਸਲ, 3 × 7 21 ਆ ਜਾਏਗਾ, ਸੋ ਸਾਡਾ ਜਿਹੜਾ ਕੁਐਸਚਨ ਹੈ ਇਹ ਵੀ ਹੋ ਗਿਆ, ਸੋ 2205 ਵਾਲਾ, ਠੀਕ ਹੈ, ਹੁਣ ਆ ਗਿਆ ਤੁਹਾਡੇ ਕੋਲ ਕੁਐਸਚਨ, ਆ ਗਿਆ 121 68, ਹੈ ਨਾ,
ਤੋ ਦੇਖੀਏ ਜੀ ਇਹ ਕੀ ਕਹਿ ਰਿਹਾ ਤੁਹਾਡੇ ਕੋਲ। ਸੋ ਕਲਰ ਥੋੜਾ ਚੇਂਜ ਕਰ ਦਿੰਦੇ ਹਾਂ ਜੀ ਤਾਂ ਜੋ ਆਪਾਂ ਨੂੰ ਅਲੱਗ ਤੋਂ ਹੀ ਦਿਖਦਾ ਰਹੇ। ਕੁਐਸਚਨ ਹੈਗਾ ਲਾਸਟ 121। ਠੀਕ ਹੈ ਜੀ, ਸਭ ਤੋਂ ਪਹਿਲਾਂ ਇਹ ਕਿੱਥੇ ਜਾਏਗਾ? ਠੀਕ ਹੈ, ਦੋ ਤੇ ਕਰ ਦਿੰਦੇ ਹਾਂ ਕਿਉਂਕਿ ਅਗਰ ਹੈਗਾ ਤੋ ਅਗਰ ਦੋ ਤੇ ਭਾਗ ਨਹੀਂ ਕਰਨਾ ਆਪਾਂ ਐਵੇਂ ਕਰਨਾ। ਠੀਕ ਹੈ ਜੀ, 2 6 12 ਹੋ ਜਾਏਗਾ, 0 ਹੋ ਜਾਏਗਾ, ਫਿਰ 2 ਤੇ ਭਾਗ ਕਰਨੀ ਹੈ, 60 10 30 ਹੋ ਜਾਏਗਾ, 84 10 42 ਹੋ ਜਾਏਗਾ। 2 ਨਾਲ ਭਾਗ ਕਰਨਾ ਦਾ ਮਤਲਬ ਤਾਂ ਸਿੱਧਾ ਹੀ ਹੁੰਦਾ ਹੈ, ਅੱਧ ਕਰੀ ਜੋ 15 ਹੋ ਜਾਊਗਾ 21 ਹੋ ਜਾਊਗਾ, 15 21 ਤੇ ਫਿਰ 2 3 ਜਾਣਾ, 5 1 6 2 8 1 9 3 ਤੇ ਪੱਕਾ ਜਾਊ, 3 5 15 3 7 21 ਫਿਰ 3 ਤੇ ਕਰਾਂਗੇ ਆਪਾਂ। ਠੀਕ ਹੈ, 3 1 3 2 3 6 18 3 9 27 ਫਿਰ ਇੱਥੇ 13 ਆ ਜਾਏਗਾ, ਫਿਰ ਇੱਥੇ 13। ਕਿਉਂ 13 ਆ ਗਿਆ? ਤੁਹਾਨੂੰ ਵਰਗ ਤੇ ਉਹ ਯਾਦ ਨੇ ਜੀ, ਜਦੋਂ ਯਾਦ ਨੇ ਫਿਰ ਕੋਈ ਦਿੱਕਤ ਨਹੀਂ ਰਹਿੰਦੀ ਹੈਗੀ, ਫਿਰ ਆਰਾਮ ਨਾਲ ਐਡਜਸਟਮੈਂਟ ਹੋ ਜਾਂਦੀ ਹੈ। ਹੁਣ ਤੁਸੀਂ ਕੀ ਕਰਨਾ ਹੈ, ਤੁਸੀਂ ਲਿਖਣਾ 121 68। ਠੀਕ ਹੈ, ਇਹਨੂੰ ਦੇ ਫੈਕਟਰ ਬਣਨਗੇ 2 × 2 × 2 × 3 × 3 × 13 × 13। ਆ ਚੱਲ ਜੂ, ਆ ਚੱਲ ਜੂ, ਆ ਚੱਲ ਜੂ। ਸੋ 2 ਨਾਲ ਭਾਗ ਕਰਾਂਗੇ, 2 ਨਾਲ ਭਾਗ ਕਰਾਂਗੇ। ਸੋ 2 ਨਾਲ ਭਾਗ ਕਰੋਗੇ ਤਾਂ 121 68 ਭਾਗ 2 ਕਰ ਦੋ। ਇੱਧਰ ਇਹਦੇ ਪੂਰੇ ਫੈਕਟਰ ਲਿਖ ਲਓ, ਇੱਥੇ ਵੀ ਭਾਗ ਕਰਨੀ ਪੈਣੀ 2 ਨਾਲ, 1 2 ਕੱਟਿਆ ਗਿਆ, 2 2 3 3 4 1 ਵਾਰ, 13 1 ਵਾਰ, 13 39 78। ਸੋ 78 ਇਹਦਾ ਵਰਗ ਆ ਜਾਏਗਾ। ਠੀਕ ਹੈ ਜੀ, ਸੋ ਸਾਰੇ ਮੈਂ ਕਰ ਲਏ ਜੀ, ਠੀਕ ਠਾਕ ਢੰਗ ਨਾਲ ਕਰ ਲਏ। ਕੁਸ਼ਚਨ ਨੰਬਰ 7 ਹੈ ਜਿਹੜਾ, ਇਹ ਨੈਕਸਟ ਵੀਡੀਓ 'ਚ ਕਰਾਂਗੇ। ਠੀਕ ਹੈ, ਇੱਥੇ ਤੱਕ ਜੇ ਬਿਲਕੁਲ ਸਮਝ ਆ ਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਚੈਨਲ ਵੀ ਸਬਸਕ੍ਰਾਈਬ ਕਰ ਲਓ। ਥੈਂਕ ਯੂ।